ਪਰ ਗੁਰੂ ਪਿਆਰੀ ਸਾਧ ਸੰਗਤ, ਜੇ ਕੋਈ ਸਾਨੂੰ ਕਹਿ ਦੇਵੇ ਕਿ 2 ਘੰਟੇ ਤੂੰ ਅੱਖਾਂ ਬੰਦ ਕਰਕੇ ਬਹਿਣਾ ਆਪਣੇ ਪਿਆਰੇ ਦੀ ਯਾਦ ਵਿੱਚ, ਕਦੇ ਸੋਚ ਕੇ ਵੇਖੋ ਇਹ ਚੀਜ਼ ਸਾਡੇ ਲਈ ਕਿੰਨੀ ਮੁਸ਼ਕਿਲ ਹੈ। ਮੇਰੀ ਗੱਲ ਨੂੰ ਫਿਰ ਸਮਝੋ। ਵਿਦ ਓਪਨ ਆਈਜ਼ ਲਾਈਫ ਬਿਕਮ ਈਜ਼ੀ, ਜ਼ਿੰਦਗੀ ਬੜੀ ਆਸਾਨ ਲੱਗਦੀ ਹੈ ਜਦੋਂ ਅੱਖਾਂ ਖੁੱਲੀਆਂ ਹੁੰਦੀਆਂ। ਲੇਕਿਨ ਜਦੋਂ ਅੱਖਾਂ ਬੰਦ ਹੁੰਦੀਆਂ ਨੇ ਔਰ ਅੱਖਾਂ ਬੰਦ ਕਰਕੇ ਬਹਿਣਾ ਮਿਲ ਜਾਵੇ ਸਾਨੂੰ, ਇਹ ਜਿਹੜੀ ਸਿਟਿੰਗ ਹੈ, ਇਹ ਬਹਿਣਾ ਹੈ ਜਿਹੜਾ ਨਾ, ਇਹ ਬੜਾ ਔਖਾ ਕੰਮ ਹੈ। ਅਪਲਾਈ ਕਰਕੇ ਵੇਖਿਓ ਕਦੇ ਆਪਣੇ ਆਪ 'ਤੇ, ਜੋ ਜ਼ਿੰਦਗੀ ਸਾਨੂੰ ਮਿਲੀ ਹੈ ਕਦੇ ਇਸ ਜ਼ਿੰਦਗੀ 'ਤੇ ਅਪਲਾਈ ਕਰਕੇ ਵੇਖਿਓ ਕਿ ਸਵੇਰੇ ਉੱਠ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ, 5 ਬਾਣੀਆਂ ਦਾ ਪਾਠ ਕਰਨ ਤੋਂ ਬਾਅਦ, ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ, ਫਿਰ ਆਪਣੇ ਮਨ ਨਾਲ ਇੱਕ ਵਾਅਦਾ ਕਰਿਓ ਕਿ ਮੈਂ ਅੱਜ 1 ਘੰਟਾ ਅੱਖਾਂ ਬੰਦ ਕਰਕੇ ਬਹਿਣਾ। ਤੁਹਾਨੂੰ ਜੇਕਰ ਤੁਸੀਂ ਇਹ ਪ੍ਰਕਿਰਿਆ ਕਰੋਗੇ ਤਾਂ ਤੁਹਾਨੂੰ ਸਮਝ ਆਏਗੀ ਕਿ ਸਿਮਰਨ ਕਰਨ ਵਾਲੇ ਜਿਹੜੇ ਸਿਮਰਨ ਦੇ ਰਸੀਏ ਨੇ, ਦੇਖੋ ਬਾਰ ਬਾਰ ਇੱਕ ਸ਼ਬਦ ਹੁੰਦਾ ਰਸੀਆ, ਰਸ ਪੀਣ ਵਾਲਾ, ਜਿਨ੍ਹਾਂ ਨੇ ਰਸ ਪੀਤਾ, ਜਿਨ੍ਹਾਂ ਨੂੰ ਸਤਿਗੁਰ ਕਹਿੰਦੇ ਨੇ ਆਤਮ ਰਸ ਜਿਨ ਜਾਣਿਆ, ਉਹ ਆਤਮ ਰਸ ਨੂੰ ਪੀਣ ਵਾਲੇ ਜਿਹੜੇ ਲੋਕ ਨੇ, ਔਰ ਹਰ ਰੰਗ ਸਹਿਜੇ ਮਾਣ, ਜਿਨ੍ਹਾਂ ਨੇ ਆਤਮ ਰਸ ਨੂੰ ਪੀਤਾ ਔਰ ਬੜੇ ਸਹਿਜੇ, ਬੜੇ ਸਲੋ, ਬੜੇ ਹੌਲੀ ਹੌਲੀ, ਜਿਨ੍ਹਾਂ ਨੂੰ ਇਹ ਸਮਝ ਸੀ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਅਤੇ ਭਰ ਭਰ ਮਸ਼ਕਾਂ ਪਾਵੇ, ਜਿਨ੍ਹਾਂ ਨੂੰ ਇਹ ਖਿਆਲ ਸੀ, ਜਿਨ੍ਹਾਂ ਨੂੰ ਇਹ ਕਲੀਅਰ ਸਮਝ ਆ ਚੁੱਕੀ ਸੀ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਅਤੇ ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ ਇਹ ਮਰਜ਼ੀ ਉਹਦੀ ਹੈ। ਤੋਂ ਜਿਹੜੇ ਲੋਕ ਸਨ ਸਿਮਰਨ ਦੇ ਰਸੀਏ, ਰਸ ਲੈਣ ਵਾਲੇ ਲੋਕ ਸਨ, ਰਸ ਦਾ ਮਤਲਬ ਉਹ ਸਾਰ ਵਸਤੂ, ਔਰ ਰਸ ਵੀ ਕੈਸਾ, ਆਤਮ ਰਸ, ਆਤਮ ਰਸ ਦੇ ਜਿਹੜੇ ਰਸੀਏ ਲੋਕ ਸਨ ਜਿਨ੍ਹਾਂ ਨੇ ਉਸ ਰਸ ਨੂੰ ਪੀਤਾ। ਪਿਆਰੀ ਸੰਗਤ, ਜਿਨ੍ਹਾਂ ਦੀਆਂ ਯਾਦਾਂ ਵਿੱਚ ਬੈਠੇ ਉਹ ਸਨ ਬਾਬਾ ਹਰਭਜਨ ਸਿੰਘ ਜੀ ਮਹਾਰਾਜ, ਜਿਨ੍ਹਾਂ ਨੂੰ ਰੰਗਿਆ ਸੀ ਅਤਿ ਸਤਿਕਾਰਯੋਗ ਬ੍ਰਹਮਲੀਨ ਬ੍ਰਹਮ ਗਿਆਨੀ ਮਹਾਂਪੁਰਸ਼ ਰਾਜੇ ਜੋਗੀ, ਮਹਾਨ ਮਹਾਂਪੁਰਸ਼ ਜਿਨ੍ਹਾਂ ਨੇ ਇਸ ਧਰਤੀ 'ਤੇ ਸਿਮਰਨ ਦੀ, ਕੀਰਤਨ ਦੀ ਐਸੀ ਗੰਗਾ ਵਗਾਈ ਸੀ ਕਿ ਮੈਨੂੰ ਲੱਗਦਾ ਤੁਸੀਂ ਦੁਨੀਆਂ ਦੇ ਕਿਸੇ ਕੋਨੇ 'ਚ ਚਲੇ ਜਾਓ, ਆਲ ਅਰਾਊਂਡ ਦਾ ਵਰਲਡ, ਸੰਸਾਰ ਵਿੱਚ ਕਿਤੇ ਚਲੇ ਜਾਓ, ਤੁਹਾਨੂੰ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ, ਉਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਪਿਆਰ ਕਰਨ ਵਾਲੇ, ਉਹਨਾਂ ਨੂੰ ਜਾਣਨ ਵਾਲੇ, ਉਹਨਾਂ ਦਾ ਕੀਰਤਨ ਸੁਣਨ ਵਾਲੇ, ਨਾਮ ਦੇ ਰਸੀਏ ਤੁਹਾਨੂੰ ਹਰ ਥਾਂ ਲੱਭ ਜਾਣਗੇ, ਹਰ ਥਾਂ। ਆਖੋ ਸਤਨਾਮ। ਉਹ ਸੰਤ ਮਹਾਂਪੁਰਸ਼ ਜਿਨ੍ਹਾਂ ਨੇ ਇਸ ਧਰਤੀ 'ਤੇ ਉਸ ਨਾਮ ਦੀ ਕੀਰਤਨ ਦੀ ਗੰਗਾ ਨੂੰ ਵਹਾਇਆ, ਅਤੇ ਉਸ ਗੰਗਾ ਦੇ ਵਿੱਚ, ਉਹ ਸਿਮਰਨ ਦੀ ਗੰਗਾ ਦੇ ਵਿੱਚ ਜਿਨ੍ਹਾਂ ਨੇ ਗੋਤੇ ਲਾਏ, ਸੰਤ ਬਾਬਾ ਹਰਭਜਨ ਸਿੰਘ ਜੀ ਮਹਾਰਾਜ। ਪਿਆਰੀ ਸੰਗਤ, ਕਦੇ ਝਰਨਾ ਡਿੱਗਦਾ ਹੋਵੇ ਨਾ ਪਹਾੜ ਤੋਂ, ਨੇੜੇ ਬਹਿ ਕੇ ਵੇਖਿਓ, ਤੁਸੀਂ ਕਦੇ ਫੀਲ ਕਰਕੇ ਵੇਖਿਓ ਕਿ ਝਰਨਾ ਪਹਾੜ ਤੋਂ ਡਿੱਗਦਾ ਹੋਵੇ ਨਾ, ਇੱਕ ਬੰਦਾ ਝਰਨੇ ਦੇ ਥੱਲੇ ਖੜ ਕੇ ਨਹਾ ਰਿਹਾ, ਜੋ ਆਦਮੀ, ਜਿਹੜਾ ਆਦਮੀ ਝਰਨੇ ਦੇ ਥੱਲੇ ਖੜ ਕੇ ਨਹਾ ਰਿਹਾ ਨਾ ਜੀ, ਉਹ ਬਾਰ ਬਾਰ ਬਾਹਰ ਨੂੰ ਭੱਜਦਾ ਹੈ,
ਕਿਉਂਕਿ ਉਹ ਤਾਂ ਝੱਲਿਆ ਨਹੀਂ ਜਾ ਰਿਹਾ। ਜੋ ਝਰਨੇ ਦੇ ਇੱਕ ਪਾਸੇ ਬੈਠਾ, ਝਰਨਾ ਡਿੱਗ ਰਿਹਾ, ਉਹ ਆਪਣੇ ਫਲੋ ਵਿੱਚ ਆ ਰਿਹਾ, ਉਹ ਬੜੀ ਸਪੀਡ ਨਾਲ ਥੱਲੇ ਡਿੱਗ ਰਿਹਾ, ਉਹਦੀ ਆਵਾਜ਼ ਵੀ ਬਹੁਤ ਹੈ, ਲੇਕਿਨ ਜਿਹੜਾ ਪਾਸੇ ਪੈਂਦਾ ਨਾ, ਉਹਦੇ 'ਤੇ ਪਾਣੀ ਦੀਆਂ ਬੂੰਦਾਂ ਦੀ ਨਾ ਭੂਰ ਪੈਂਦੀ ਹੈ, ਮਿੱਠੀਆਂ ਮਿੱਠੀਆਂ ਨਿੱਕੀਆਂ ਨਿੱਕੀਆਂ ਪਾਣੀ ਦੀਆਂ ਬੂੰਦਾਂ ਉਹਦੇ 'ਤੇ ਪੈਂਦੀਆਂ ਨੇ। ਉਹ ਅੱਧਾ ਘੰਟਾ ਵੀ ਬਹਿ ਸਕਦਾ ਹੈ, ਉਹ ਇੱਕ ਘੰਟਾ ਵੀ ਬਹਿ ਸਕਦਾ ਹੈ, ਉਹ 2 ਘੰਟੇ ਵੀ ਬਹਿ ਸਕਦਾ ਹੈ, ਉਹ 4 ਘੰਟੇ ਵੀ ਬਹਿ ਸਕਦਾ ਹੈ। ਉਹਦਾ ਆਨੰਦ ਜਿਹੜਾ ਨਾ, ਉਹ ਕੰਟੀਨਿਊ ਹੈ। ਝਰਨੇ ਵਿੱਚੋਂ ਡਿੱਗਣ ਵਾਲਾ ਜਿਹੜਾ ਪਾਣੀ ਹੈ, ਪਹਾੜ ਤੋਂ ਡਿੱਗਣ ਵਾਲਾ ਜਿਹੜਾ ਪਾਣੀ ਹੈ, ਝਰਨੇ ਰੂਪ ਦੇ ਵਿੱਚ ਇਹਨੂੰ ਹਰ ਕੋਈ ਨਹੀਂ ਚੱਲ ਸਕਦਾ। ਮੇਰੀ ਗੱਲ ਨੂੰ ਪੂਰੇ ਢੰਗ ਨਾਲ ਜਰਾ ਸਮਝਿਓ। ਪਿਆਰੀ ਸੰਗਤ, ਇਹ ਜਿਹੜੇ ਪਹਾੜਾਂ ਵਿੱਚੋਂ ਡਿੱਗਣ ਵਾਲੇ ਝਰਨੇ ਨੇ ਨਾ, ਇਹ ਝਰਨੇ ਨੇ ਸਾਧੂਆਂ ਦੀਆਂ ਕਮਾਈਆਂ ਦੇ ਝਰਨੇ। ਇਹ ਝਰਨੇ ਨੇ ਸਾਧੂਆਂ ਦੇ ਤਪੱਸਿਆ ਦੇ ਝਰਨੇ। ਇਸ ਝਰਨੇ ਨੇ ਸਾਧੂਆਂ ਦੀ ਧਿਆਨ ਦੇ ਝਰਨੇ, ਉਹਨਾਂ ਦੀਆਂ ਕਮਾਈਆਂ ਦੇ ਝਰਨੇ, ਅਤੇ ਇਹਨਾਂ ਝਰਨਿਆਂ ਨੂੰ ਸਾਧੂ ਹੀ ਚੱਲ ਸਕਦਾ। ਜਿਹੜੀ ਗੰਗਾ ਚੱਲ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਕੋਲ ਆਉਂਦੀ ਸੀ, ਪਿਆਰੀ ਸੰਗਤ, ਉਸ ਗੰਗਾ ਦੇ ਵੇਗ ਨੂੰ ਹਰ ਕੋਈ ਚੱਲ ਨਹੀਂ ਸਕਦਾ। ਆਖੋ ਸਤਨਾਮ। ਬੜੇ ਜਿਗਰੇ ਚਾਹੀਦੇ ਨੇ, ਬੜੇ ਹੌਸਲੇ ਚਾਹੀਦੇ ਨੇ ਉਹਨਾਂ ਝਰਨਿਆਂ ਨੂੰ ਝੱਲਣ ਵਾਸਤੇ। ਮੈਂ ਇਹਨੂੰ ਥੋੜ੍ਹਾ ਜਿਹਾ ਤੁਹਾਨੂੰ ਸਮਝਾ ਦੇਵਾਂ, ਸਮਝ ਆਏਗੀ ਤੁਹਾਨੂੰ। ਜੋ ਸ਼ਬਦ ਮੈਂ ਹੁਣੇ ਵਰਤਿਆ, ਗੰਗਾ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ, ਸੁਣਿਆ ਨਾ ਕਬੀਰ ਸਾਹਿਬ ਉੱਥੇ ਸ਼ਬਦ ਵਰਤਦੇ ਨੇ ਗੰਗਾ। ਔਰ ਕਈ ਜਗ੍ਹਾ ਕਿਹਾ ਕਿ ਕਬੀਰ ਗੰਗਾ ਤੀਰ ਜੋ ਘਰ ਕਰ ਰਹੇ ਪੀਵੇ ਨਿਰਮਲ ਨੀਰ, ਗੰਗਾ ਸ਼ਬਦ ਆਉਂਦਾ। ਔਰ ਇਹ ਜੋ ਗੰਗਾ ਹੈ ਪਿਆਰੀ ਸਾਧ ਸੰਗਤ, ਗੰਗਾ ਦਾ ਅਵਤਰਨ ਸਤਯੁਗ ਦੀ ਘਟਨਾ ਹੈ। ਜੋ ਆਪਾਂ ਸੁਣਦੇ ਹਾਂ ਨਾ, ਸਤਯੁਗ ਤੈ ਮਾਣਿਓ ਚਲਿਓ ਬਲਬਾਵਨ ਭਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਉਹ ਸਤਯੁਗ ਦੁਆਪਰ ਤ੍ਰੇਤਾ ਦਾ ਜਿਹੜਾ ਵਰਣਨ ਹੈ, ਜੋ ਗੰਗਾ ਸ਼ਬਦ ਹੈ, ਗੰਗਾ ਨਦੀ ਹੈ, ਗੰਗਾ ਦਾ ਆਗਮਨ ਹੈ, ਇਹ ਸਤਯੁਗ ਦੀ ਘਟਨਾ। ਮੈਂ ਉਦਾਹਰਣ ਕੀ ਦੇ ਰਿਹਾ ਕਿ ਜਿਹੜੇ ਪਹਾੜਾਂ ਤੋਂ ਡਿੱਗਣ ਵਾਲੇ ਝਰਨੇ ਨੇ, ਇਹ ਬੰਦਗੀ ਵਾਲੇ ਮਹਾਂਪੁਰਸ਼ਾਂ ਦੀ ਉਹ ਕਮਾਈ ਹੈ ਜਿਹਨੂੰ ਇਕੱਲੇ ਉਹ ਹੀ ਚੱਲ ਸਕਦੇ ਆ। ਹੁਣ ਇਹਨੂੰ ਕਿਵੇਂ ਸਮਝਣਾ ਹੈ ਕਿ ਸਤਯੁਗ ਵਿੱਚ ਇੱਕ ਰਾਜਾ ਹੋਇਆ, ਜਿਸ ਰਾਜੇ ਦਾ ਨਾਮ ਸੀ ਰਾਜਾ ਸਗਰ, ਉਸਦੇ ਕੁਝ ਪੁੱਤਰ ਸਨ, ਉਹਨਾਂ ਨੂੰ ਇੱਕ ਸਾਧੂ ਨੇ ਸ਼ਰਾਪ ਦੇ ਦਿੱਤਾ ਸੀ। ਉਸ ਸਾਧੂ ਦਾ ਨਾਮ ਸੀ ਰਿਸ਼ੀ ਕਪਿਲ, ਉਹਨੇ ਸ਼ਰਾਪ ਦੇ ਦਿੱਤਾ ਸੀ, ਉਹ ਸਵਾਹ ਹੋ ਗਏ ਸੀ, ਮਰ ਗਏ ਸੀ। ਫਿਰ ਉਹਨਾਂ ਦੇ ਇੱਕ ਪੂਰਵਜ ਆਏ ਜਿਸਦਾ ਨਾਮ ਸੀ ਭਗੀਰਥ। ਉਸ ਭਗੀਰਥ ਨੇ ਤਪੱਸਿਆ ਕੀਤੀ ਅਤੇ ਭਗਵਾਨ ਵਿਸ਼ਨੂੰ ਪ੍ਰਸੰਨ ਹੋਏ, ਜਿਹਨੂੰ ਆਪਾਂ ਸੁਣਦੇ ਹਾਂ, ਜਿਹਨਾਂ ਬਾਰੇ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਗੁਰੂ ਪਿਆਰੀ ਸਾਧ ਸੰਗਤ, ਉਹ ਭਗਵਾਨ ਵਿਸ਼ਨੂੰ ਜਿਹੜੇ ਨੇ ਉਹ ਪ੍ਰਸੰਨ ਹੋਏ,
ਤੇ ਪ੍ਰਸੰਨ ਹੋ ਕੇ ਕਹਿੰਦੇ ਨੇ ਹਾਂ ਭਾਈ ਦੱਸ ਕੀ ਚਾਹੀਦਾ ਹੈ। ਤਾਂ ਉਸ ਭਗੀਰਥ ਨੇ ਕਿਹਾ ਮਹਾਰਾਜ ਮੈਨੂੰ ਗੰਗਾ ਚਾਹੀਦੀ ਹੈ ਮੇਰੇ ਪੂਰਵਜਾਂ ਦੀ ਮੁਕਤੀ ਵਾਸਤੇ। ਕਹਿੰਦੇ ਲੈ ਜਾ ਭਾਈ ਗੰਗਾ ਨੂੰ ਆਗਿਆ ਦਿੱਤੀ, ਜਾ ਭਾਈ। ਗੰਗਾ ਕਿੱਥੇ ਰਹਿੰਦੀ ਸੀ? ਭਗਵਾਨ ਵਿਸ਼ਨੂੰ ਦੇ ਚਰਨਾਂ ਦੇ ਵਿੱਚ। ਜਦੋਂ ਗੰਗਾ ਨੂੰ ਆਗਿਆ ਦਿੱਤੀ ਤੇ ਗੰਗਾ ਨੇ ਕਿਹਾ ਮਹਾਰਾਜ ਮੈਂ ਚਲੀ ਤਾਂ ਜਾਵਾਂਗੀ ਲੇਕਿਨ ਮੇਰੇ ਵੇਗ ਨੂੰ ਝੱਲੇਗਾ ਕੌਣ? ਮੈਂ ਧਰਤੀ ਤੇ ਜਾਣਾ ਤੇ ਆਕਾਸ਼ ਤੋਂ ਆਉਣਾ, ਮੇਰੇ ਵੇਗ ਨੂੰ ਕੌਣ ਚੱਲੇਗਾ? ਤੇ ਭਗੀਰਥ ਨੂੰ ਪੁੱਛਿਆ ਭਗਵਾਨ ਨੇ, ਭਾਈ ਗੰਗਾ ਤਾਂ ਆ ਜਾਏਗੀ, ਵੇਗ ਕੌਣ ਚੱਲੇਗਾ? ਭਗੀਰਥ ਕਹਿੰਦਾ ਮਹਾਰਾਜ ਇਹ ਤਾਂ ਮੈਨੂੰ ਪਤਾ ਨਹੀਂ। ਕਹਿੰਦੇ ਫਿਰ ਪੁੱਛ ਕੇ ਆ ਆਪਦੇ ਸੰਤਾਂ ਨੂੰ ਪੁੱਛਿਆ ਤੇ ਸੰਤ ਕਪਿਲ ਨੇ ਕਿਹਾ, ਕਹਿਣ ਲੱਗੇ ਭਗੀਰਥ ਨੂੰ, ਭਗੀਰਥ ਚਿੰਤਾ ਨਾ ਕਰ, ਜਾ ਕੇ ਕਹੋ ਕਿ ਭਗਵਾਨ ਸ਼ੰਕਰ ਚੱਲਣਗੇ। ਪਰ ਜਾਂਦਾ ਜਾਂਦਾ ਭਗਵਾਨ ਸ਼ੰਕਰ ਨੂੰ ਮਿਲ ਜਾਈ। ਉਹ ਸ਼ੰਕਰ ਭਗਵਾਨ ਨੂੰ ਕਹਿੰਦਾ ਮਹਾਰਾਜ ਗੰਗਾ ਨੇ ਆਉਣਾ, ਝੱਲ ਲਓਗੇ? ਕਹਿੰਦੇ ਜਾ ਗੰਗਾ ਨੂੰ ਕਹਿ ਮੇਰੀਆਂ ਜਟਾਵਾਂ ਚ ਆਏਗੀ। ਭਗੀਰਥ ਨੇ ਜਾ ਕੇ ਕਹਿ ਦਿੱਤਾ, ਗੰਗਾ ਨੂੰ ਕਿਹਾ ਕਿ ਤੂੰ ਭਗਵਾਨ ਦੀਆਂ ਜਟਾਵਾਂ ਵਿੱਚ ਆ ਜਾ। ਤੇ ਗੰਗਾ ਹੱਸ ਪਈ, ਹੱਸ ਕੇ ਕਹਿੰਦੀ ਮੈਨੂੰ ਧਰਤੀ ਨਹੀਂ ਝੱਲ ਸਕਦੀ, ਮੈਨੂੰ ਉਹ ਕਿਵੇਂ ਝੱਲੇਗਾ? ਮੈਨੂੰ ਧਰਤੀ ਨਹੀਂ ਚੱਲ ਸਕਦੀ ਤੇ ਭਗਵਾਨ ਸ਼ੰਕਰ ਦੀਆਂ ਜਟਾਵਾਂ ਕਿਵੇਂ ਝੱਲਣਗੀਆਂ? ਭਗੀਰਥ ਨੇ ਭਗਵਾਨ ਨੂੰ ਕਹਿ ਦਿੱਤਾ ਤੇ ਭਗਵਾਨ ਹੱਸ ਕੇ ਕਹਿੰਦੇ ਗੰਗਾ ਨੂੰ ਕਹਿ ਹੰਕਾਰ ਨਾ ਕਰ, ਤੂੰ ਆ, ਤੈਨੂੰ ਮੈਂ ਚੱਲਾਂਗਾ। ਪਿਆਰੀ ਸੰਗਤ, ਇਹ ਕਹਾਣੀ ਕਹਿੰਦੀ ਹੈ ਕਿ ਗੰਗਾ ਭਗਵਾਨ ਵਿਸ਼ਨੂੰ ਦੇ ਚਰਨਾਂ ਚੋਂ ਨਿਕਲੀ ਤੇ ਪੂਰੇ ਵੇਗ ਨਾਲ ਬ੍ਰਹਮਾ ਜੀ ਦੇ ਕਮੰਡਲ ਵਿੱਚ ਜਾਂਦੀ ਹੈ, ਫਿਰ ਭਗਵਾਨ ਸ਼ੰਕਰ ਦੀਆਂ ਜਟਾਵਾਂ ਵਿੱਚ ਆਉਂਦੀ ਹੈ ਤੇ ਸ਼ੰਕਰ ਭਗਵਾਨ ਨੇ ਜਟਾਵਾਂ ਖੋਲ੍ਹ ਲਈਆਂ। ਗੰਗਾ ਜਟਾਵਾਂ ਵਿੱਚ ਆ ਰਹੀ ਹੈ, ਆ ਰਹੀ ਹੈ, ਆ ਰਹੀ ਹੈ ਤੇ ਜਟਾ 'ਚ ਹੀ ਸਮਾ ਗਈ। ਉਹ ਬੰਨ ਕੇ ਫਿਰ ਬਹਿ ਗਏ ਸਮਾਧੀ 'ਚ, ਇੱਕ ਬੂੰਦ ਪਾਣੀ ਦੀ ਬਾਹਰ ਨਹੀਂ ਨਿਕਲੀ। ਜਿਹੜੀ ਗੰਗਾ ਵਗਦੀ ਹੈ ਨਾ, ਤੁਸੀਂ ਹੇਮਕੁੰਡ ਸਾਹਿਬ ਜਾਂਦੇ ਹੋਗੇ, ਦਰਸ਼ਨ ਕਰਦੇ ਹੋ, ਹਰਿਦੁਆਰ ਤੋਂ ਚੱਲ ਕੇ ਗੰਗਾ ਪਿਛੋਕੜ ਨੂੰ ਜਾਂਦੀ ਹੈ, ਗੰਗੋਤਰੀ ਨੂੰ, ਗੋਮੁਖ ਤੋਂ ਮਾਨ ਸਰੋਵਰ, ਫਿਰ ਭਗਵਾਨ ਸ਼ੰਕਰ ਦੀਆਂ ਜਟਾਵਾਂ। ਤੇ ਭਗੀਰਥ ਨੇ ਫਿਰ ਬੇਨਤੀ ਕੀਤੀ ਮਹਾਰਾਜ ਕਿ ਮੈਂ ਆਪਣੇ ਪੂਰਵਜਾਂ ਦੀ ਮੁਕਤੀ ਲੈ ਕੇ ਆਇਆ ਸੀ, ਤੁਸੀਂ ਕਿਰਪਾ ਕਰੋ, ਗੰਗਾ ਦਾ ਮਾਰਗ ਦਰਸ਼ਨ ਕਰੋ। ਫਿਰ ਗੰਗਾ ਦੀ ਇੱਕ ਛੋਟੀ ਜਿਹੀ ਧਾਰ ਕੱਢੀ ਜਟਾਵਾਂ ਚੋਂ ਤੇ ਗੰਗਾ ਦਾ ਉਦੋਂ ਨਾਮ ਪਿਆ ਸੀ ਜਟਾ ਸ਼ੰਕਰੀ। ਹੁਣ ਇਹ ਕਹਾਣੀ ਮੈਂ ਤੁਹਾਨੂੰ ਇਸ ਲਈ ਸੁਣਾਈ ਹੈ ਕਿ ਬ੍ਰਹਮਲੀਨ ਬ੍ਰਹਮ ਗਿਆਨੀ ਮਹਾਂਪੁਰਸ਼ ਨਾਮ ਦੇ ਰਸੀਏ ਜਿਨ੍ਹਾਂ ਨੇ ਧਰਤੀ ਤੇ ਕੀਰਤਨ ਦੀ ਗੰਗਾ ਵਗਾਈ, ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ, ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਔਰ ਗੁਰੂ ਪਿਆਰੀ ਸਾਧ ਸੰਗਤ। ਹੁਣ ਜਿਹੜਾ ਅਕਾਲ ਪਹਾੜ ਤੋਂ ਝਰਨਾ ਡਿੱਗਦਾ ਉਹ ਵੇਗ ਜਿਹੜਾ ਬੰਦਗੀ ਦਾ ਹੈ ਉਹਨੂੰ ਪੂਰਾ ਸਾਂਭ ਸਕਦਾ। ਤੇ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਕੌਣ ਸਨ? ਪੂਰੇ ਸਾਧੂ ਸਨ। ਤੇ ਪੂਰੇ ਸਾਧੂ ਨੇ, ਉਸ ਪੂਰਨ ਫਕੀਰ ਨੇ, ਉਸ ਨਾਮ ਦੇ ਰਸੀਏ ਨੇ ਪਰਮਾਤਮਾ ਦੀ, ਰੱਬ ਦੀ ਉਸ ਰਹਿਮਤ ਨੂੰ, ਗੁਰੂ ਦੇ ਉਸ ਨੂਰ ਨੂੰ, ਗੁਰੂ ਦੇ ਉਸ ਤਪ ਨੂੰ, ਸਤਿਗੁਰ ਦੇ ਉਸ ਖਜ਼ਾਨੇ ਨੂੰ ਸਾਂਭਿਆ ਹੋਇਆ ਸੀ। ਆਖੋ ਸਤਨਾਮ।
ਸੰਤ ਬਾਬਾ ਹਰਭਜਨ ਸਿੰਘ ਜੀ ਮਹਾਰਾਜ ਜਿਹੜੇ ਉਹਨਾਂ ਦੇ ਕੋਲ ਰਹਿ ਕੇ ਜੋ ਉਹਨਾਂ ਦੇ ਕੋਲ ਰਹਿ ਕੇ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ, ਹੁਣ ਇਹ ਕੈਸੇ ਮਹਾਂਪੁਰਸ਼ ਨੇ ਜਿਹੜੇ ਝਰਨੇ ਦੇ ਜਮਾਂ ਨਾਲ ਬੈਠੇ ਨੇ ਅਤੇ ਉਹਨਾਂ 'ਤੇ ਬੂੰਦਾਂ ਪੈਂਦੀਆਂ। ਫਿਰ ਸਮਝਿਓ ਗਾ, ਹੁਣ ਜਿਹੜੇ ਉਹ ਛਿੱਟੇ ਪੈਂਦੇ ਨੇ, ਜਿਹੜੀਆਂ ਉਹ ਬੂੰਦਾਂ ਪੈਂਦੀਆਂ ਨੇ ਨਾ ਜੀ, ਅਤੇ ਉਹ ਪੈਂਦੀਆਂ ਹੋਈਆਂ ਬੂੰਦਾਂ ਜਿਹੜੀਆਂ ਨਾ ਆਨੰਦ ਦਿੰਦੀਆਂ, ਖੁਸ਼ੀ ਦਿੰਦੀਆਂ, ਚੈਨ ਦਿੰਦੀਆਂ, ਠੰਡਕ ਦਿੰਦੀਆਂ, ਅਤੇ ਝਰਨੇ ਦਾ ਜਿਹੜਾ ਡਿੱਗਣਾ ਹੈ ਉਹ ਵੀ ਚੰਗਾ ਲੱਗਦਾ, ਅਤੇ ਜਿਹੜੀਆਂ ਬੂੰਦਾਂ ਪੈ ਰਹੀਆਂ ਨੇ ਉਹ ਵੀ ਚੰਗੀਆਂ ਲੱਗਦੀਆਂ। ਅਤੇ ਮੈਂ ਤਾਂ ਕਹਿ ਰਿਹਾ ਕਿ ਇੱਕ ਘੰਟਾ ਬਹਿਣਾ, ਦੋ ਘੰਟੇ ਬਹਿਣਾ, ਚਾਰ ਘੰਟੇ ਬਹਿਣਾ ਚੰਗਾ ਲੱਗ ਸਕਦਾ, ਲੇਕਿਨ ਸੰਤ ਬਾਬਾ ਹਰਭਜਨ ਸਿੰਘ ਜੀ ਤਾਂ 31 ਸਾਲ ਉਸ ਝਰਨੇ ਦੇ ਨੇੜੇ ਰਹੇ। ਹੁਣ ਗੁਰੂ ਪਿਆਰੀ ਸਾਧ ਸੰਗਤ ਉਸ ਫਕੀਰ ਅਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਉਸ ਬੰਦਗੀ ਵਾਲੇ ਝਰਨੇ ਤੋਂ ਨਿਕਲਣ ਵਾਲੀਆਂ ਜਿਹੜੀਆਂ ਅੰਮ੍ਰਿਤ ਦੀਆਂ ਬੂੰਦਾਂ ਸਨ, ਉਹਨਾਂ ਬੂੰਦਾਂ ਨੂੰ ਆਪਣੇ ਜੀਵਨ ਵਿੱਚ ਆਪਣੀ ਆਤਮਾ ਨਾਲ, ਆਪਣੀ ਜੋਤ ਨਾਲ ਮਹਿਸੂਸ ਕਰਦੇ ਨੇ, ਰੰਗੇ ਹੋਏ ਨੇ। ਫਿਰ ਉਹ ਬੂੰਦਾਂ ਜਿਹੜੀਆਂ ਸਨ ਉਹਦਾ ਆਨੰਦ ਉਹਨਾਂ ਨੇ ਆਪ ਵੀ ਲਿਆ, ਅਤੇ ਜਦੋਂ ਤੁਹਾਡੇ ਪਿੰਡ ਆਏ ਤਾਂ ਫਿਰ ਉਹ ਅੰਮ੍ਰਿਤ ਦੀਆਂ ਬੂੰਦਾਂ ਦੇ ਛਿੱਟੇ ਤੁਹਾਡੇ 'ਤੇ ਵੀ ਮਾਰੇ। ਗੁਰੂ ਪਿਆਰੀ ਸਾਧ ਸੰਗਤ, ਵੈਸੇ ਤਾਂ ਮੈਂ ਤੁਹਾਨੂੰ ਸੱਚ ਦੱਸਾਂ, ਸੰਸਾਰ ਨੂੰ ਬਹੁਤਾ ਸਮਝਣ ਦੀ ਲੋੜ ਨਹੀਂ ਹੈ। ਸੰਸਾਰ 'ਚ ਹੈ ਕੀ ਹੈ, ਘਰੇ ਮੁੰਡਾ ਜੰਮ ਪਿਆ, ਘਰੇ ਧੀ ਜੰਮ ਪਈ, ਭਾਈ ਮੁੰਡੇ ਨੂੰ ਪੜ੍ਹਾਉਣਾ, ਧੀ ਨੂੰ ਪੜ੍ਹਾਉਣਾ, ਫਿਰ ਵਿਆਹ ਕਰਨਾ, ਫਿਰ ਬੱਚੇ ਆ ਗਏ ਜੀ, ਚਲੋ ਜੀ ਆਪਾਂ ਬੁੱਢੇ ਹੋ ਗਏ ਜੀ, ਹੁਣ ਜ਼ਿੰਮੇਵਾਰੀਆਂ ਇਹਨਾਂ ਨੂੰ ਦੇ ਦੇ, ਇੰਨਾ ਕੀ ਤਾਂ ਸੰਸਾਰ ਹੈ। ਤੁਸੀਂ ਸਭ ਸਿਆਣੇ ਬੈਠੇ ਹੋ, ਆਪਣੇ ਆਪਣੇ ਤਲ 'ਤੇ ਸੋਚ ਕੇ ਵੇਖੋ, ਸੰਸਾਰ ਦੇ ਵਿੱਚ ਹੋਰ ਹੈ ਕੀ ਹੈ, ਇਸ ਤੋਂ ਵੱਧ ਸੰਸਾਰ ਹੈ ਕੀ ਹੈ। ਤੁਹਾਡੀਆਂ ਪਲੈਨਿੰਗਸ ਫਿਕਸ ਨੇ, ਘਰ ਵਿੱਚ ਬੱਚਾ ਹੋ ਗਿਆ, ਇਹਨੂੰ ਪੜ੍ਹਾਉਣਾ, ਇਹਨੂੰ ਸਕੂਲ ਭੇਜਣਾ, ਇਹਨੂੰ ਕਾਲਜ ਭੇਜਣਾ, ਇਹਦਾ ਵਿਆਹ ਕਰਨਾ, ਫਿਰ ਗਾਂ ਸਾਡੀ ਕੁੱਲ ਚੱਲੂਗੀ, ਫਿਰ ਅਸੀਂ ਬੁੜੇ ਹੋ ਗਏ, ਜ਼ਿੰਮੇਵਾਰੀਆਂ ਸੌਂਪ ਦਿੱਤੀਆਂ, ਆਹੀ ਤਾਂ ਦੁਨੀਆ। ਪਰ ਪਿਆਰੀ ਸੰਗਤ, ਜਿਹੜੀਆਂ ਚੀਜ਼ਾਂ ਕਲੀਅਰ ਹੋਣ ਨਾ, ਉਹ ਤਾਂ ਬਾਹਲਾ ਮੱਥਾ ਮਾਰਨ ਦੀ ਲੋੜ। ਆਖੋ ਸਤਨਾਮ। ਮੈਂ ਗੱਲ ਨੂੰ ਅੱਗੇ ਵਧਾਵਾਂ, ਸੰਤ ਬਾਬਾ ਹਰਭਜਨ ਸਿੰਘ ਜੀ।